ਪਾਪਾ ਨੇ ਕਰਿਆ ਬਹੁਤ ਦੇਰ ਪਹਿਲਵਾਨੀ ਪਾਪਾ ਨੇ ਗੁੱਸੇ ਜਾ ਕੇ ਇੱਕ ਵਾਰ ਆਪਣਾ ਮਤਲਬ ਪਹਿਲਾਂ ਸਰਦਾਰ ਸੀਗੇ ਕਿ ਕਿਸੇ ਨੇ ਬਾਲ ਫੜ ਲਈ ਸੀ ਬਿਲਕੁਲ ਪਹਿਲਵਾਨੀ ਚ ਫੜ ਲਏ ਹੋਏ ਨਾ ਤਾਂ ਉਹਨੇ ਜਾ ਕੇ ਗੁੱਸੇ ਜੂੜਾ ਘੜਾ ਦੇ ਮੈਂ ਤਾਂ ਜੇ ਮੈਨੂੰ ਹੁਣ ਦੁਬਾਰਾ ਨਹੀਂ ਬਣਦਾ ਜਿਦਾਂ ਜੋਗਾ ਜੋਗਾ ਸੀ ਤੁਰ ਕਾਵਣਾ ਤਾਂ ਵੀਰੇ ਫਿਰ ਬਸ ਪਾਪਾ ਦੇ ਜਾਣ ਤੋਂ ਬਾਅਦ ਤਾਂ ਹੋਰ ਕੁਝ ਆਇਆ ਹੀ ਨਹੀਂ ਹੈ ਰਿਕਵਰ ਤੋਂ ਲਗੋ ਜਦੋਂ ਸਾਰੇ ਜਾਣੇ ਸਿੱਧੇ ਹੁੰਦੇ ਹਨ ਨਾ ਕੌਣ ਹੈ ਤੂੰ ਫੇਰ ਪਤਾ ਲੱਗਦਾ ਵੀ ਅੱਛਾ ਉਹ ਤਾਂ ਮੈਂ ਤਾਂ ਨਕਲੀ ਜੀ ਦੁਨੀਆ ਚ ਰਹੇ ਰਹੇ ਸੀ ਅਸਲੀ ਦੁਨੀਆ ਤਾਂ ਫੇਰ ਰਿਐਲਿਟੀ ਹਿੱਟ ਕਰਦੀ ਹੈ ਫੇਰ ਬਾਈ ਦਿਓ ਧਰਤੀ ਤੇ ਜਦੋਂ ਤੁਹਾਡਾ ਪਿਓ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਵੀ ਦੁਨੀਆ ਅਸਲ ਚ ਇਹ ਹੈ ਤੇਰੇ ਪਿਓ ਕਰਕੇ ਇਦਾਂ ਬਿਹੇਵ ਕਰੀ ਸੀ ਫਾਦਰ ਸਾਹਿਬ ਗਏ ਹੈ ਨਾ 2003 ਦੇ ਵਿੱਚ 11-12 ਸਾਲ ਦੀ ਉਮਰ ਸੀ ਉਹਦੀ ਮੈਨੂੰ ਇਹ ਲੱਗਦਾ ਵੀ ਜੇ ਫਾਦਰ ਸਾਹਿਬ ਹੁੰਦੇ ਮੈਂ ਇਸ ਇੰਡਸਟਰੀ 'ਚ ਨਾ ਹੁੰਦਾ ਪਾਪਾ ਇੰਨੇ ਵੱਡੇ ਸਿੰਗਲ ਸੀ ਤੇ ਸਾਰਿਆਂ ਨੂੰ ਮੇਥੋਂ ਇੰਨੀ ਉਮੀਦ ਸੀਗੀ ਵੀ ਇਹ ਪਤਾ ਨਹੀਂ ਕੀ ਕਰ ਦੂਗਾ ਨਾ ਸੋ ਚੀਜ਼ਾਂ ਸ਼ਾਇਦ ਜਾਂ ਤਾਂ ਰੱਬ ਦੀ ਰਜ਼ਾ ਸੀ ਮੈਨੂੰ ਨਹੀਂ ਪਤਾ ਉਹ ਕੀ ਸਿਸਟਮ ਹੈ ਕੀ ਨਹੀਂ ਪਰ ਮੈਂ ਨਾ ਹੁੰਦਾ ਇਸ ਇੰਡਸਟਰੀ 'ਚ ਮੈਨੂੰ ਇਹ ਜ਼ਰੂਰ ਪਤਾ ਕਿਉਂਕਿ ਮੈਂ ਕੁਝ ਹੋਰ ਕਰਦਾ ਮੈਂ ਨਹੀਂ ਲੱਗਦਾ ਸਰੀਰਿਕ ਰੂਪ ਤੇ ਗਏ ਆ ਤੇ ਰੂਹ ਉਹਨਾਂ ਦੀ ਹੈਗੀ ਐ ਵਿੱਚ ਤੁਹਾਨੂੰ ਲੱਗਦਾ ਹੁੰਦਾ ਵਾਲੇ ਦਿਵਾਲੀ ਐ ਜੇ ਬਿੰਦਰੀ ਖਿਆਸਾਵਾ ਜੋ ਹੁੰਦੇ ਤਾਂ ਸ਼ਾਇਦ ਕਿਉਂਕਿ ਕਈ ਵਾਰ ਤਾਂ ਇੱਥੇ ਬਹੁਤ ਸਾਰੇ ਜਿਹੜੇ ਨਵੇਂ ਕਲਾਕਾਰ ਆਉਂਦੇ ਨੇ ਗਾਇਕ ਵੀ ਆਉਂਦੇ ਨੇ ਜੋ ਹਨ ਐਕਟਰ ਵੀ ਆਉਂਦੇ ਨੇ ਉਹਨਾਂ ਨੂੰ ਪਲੇਟਫਾਰਮ ਬਣਿਆ ਬਣਾਇਆ ਮਿਲਦਾ ਕਿਉਂਕਿ ਪਿਤਾ ਪੁਰਖੀ ਜਣਾਂ ਦਾ ਹੁੰਦਾ ਕੰਮਕਾਰ ਹਨ ਤੇ ਤੁਹਾਡੇ ਲਈ ਸਟਰਗਲ ਕੁਝ ਵੱਖਰੀ ਰਹੀ ਆ ਹਨਾ ਤੋਂ ਇਸ ਕਰਕੇ ਕਦੇ ਕਿੱਥੇ ਮਤਲਬ ਕਿੱਥੇ ਕਿੱਥੇ ਕਿਹੜੀ ਕਿਹੜੀ ਕਦੇ ਕੋਈ ਐ ਹੋਇਆ ਬਹੁਤ ਡੋਲ ਕੇ ਹੋਵੇ ਵੀ ਨਹੀਂ ਯਾਰ ਬਹੁਤ ਵਾਰ ਡੋਲਿਆ ਮੈਂ ਮੈਨੂੰ ਐ ਲੱਗਦਾ ਵੀ ਜੇ ਫਾਦਰ ਸਾਹਿਬ ਹੁੰਦੇ ਮੈਂ ਇਸ ਇੰਡਸਟਰੀ ਚ ਨਾ ਹੁੰਦਾ ਮੈਨੂੰ ਜਿਸ ਤੱਕ ਮੇਰੀ ਸੋਚ ਹੈ ਮੈਨੂੰ ਲੱਗਦਾ ਹੈ ਵੀ ਸ਼ਾਇਦ ਪਤਾ ਨਹੀਂ ਉਹ ਪਹਿਲਾਂ-ਪਹਿਲਾਂ ਸ਼ੌਂਕ ਹੀ ਇਸ ਲਈ ਪਣ ਪਿਆ ਵੀ ਪਾਪਾ ਇੰਨੇ ਵੱਡੇ ਸਿੰਗਰ ਸੀ ਤੇ ਸਾਰਿਆਂ ਨੂੰ ਮੇ ਤੋਂ ਇੰਨੀ ਉਮੀਦ ਸੀ ਕਿ ਵੀ ਇਹ ਪਤਾ ਨਹੀਂ ਕੀ ਕਰ ਦੂਗਾ ਨਾ ਸੋ ਉਹ ਚੀਜ਼ਾਂ ਸ਼ਾਇਦ ਜਾਂ ਤਾਂ ਰੱਬ ਦੀ ਰਜ਼ਾ ਸੀ ਮੈਨੂੰ ਨਹੀਂ ਪਤਾ ਉਹ ਕੀ ਸਿਸਟਮ ਹੈ ਕੀ ਨਹੀਂ ਪਰ ਮੈਂ ਇਹ ਨਾ ਹੁੰਦਾ ਇਸ ਇੰਡਸਟਰੀ 'ਚ ਮੈਨੂੰ ਇਹ ਜ਼ਰੂਰ ਪਤਾ ਕਿਉਂਕਿ ਮੈਂ ਕੁਝ ਹੋਰ ਕਰਦਾ ਮੈਂ ਮੈਂ ਉਹ ਲੈਗੇਸੀ ਕੰਟੀਨਿਊ ਹੋਰ ਹਿਸਾਬ ਨਾਲ ਵੀ ਕਰ ਸਕਦਾ ਜ਼ਰੂਰੀ ਮੈਂ ਗਾ ਕੇ ਹੀ ਕਰਨੀ ਸੀ ਮੈਂ ਕੁਝ ਬਹੁਤ ਵਧੀਆ ਕਰ ਦਿੰਦਾ ਜ਼ਿੰਦਗੀ 'ਚ ਜਾਂ ਇਹਦਾ ਕੋਈ ਬਿਜ਼ਨਸ ਕਰ ਦਿੰਦਾ ਤੇ ਰੁਕਾਵਟਾਂ ਤਾਂ ਵੀਰੇ ਫਿਰ ਬਸ ਪ ਕਿ ਉਹ ਤੁਸੀਂ ਫੇਰ ਰਿਐਲਿਟੀ ਹਿੱਟ ਕਰਦੀਆਂ ਫੇਰ ਵਜਦੇ ਹੋ ਧਰਤੀ ਤੇ ਫੇਰ 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 ਤੁਸੀਂ ਪਹਿਲਾਂ ਉਹ ਜ਼ੋਨ ਚ ਹੁੰਦੇ ਹੋ ਵੀ ਸਾਰੇ ਜਣੇ ਤੁਹਾਡੇ ਨਾਲ ਹੱਸ ਕੇ ਗੱਲ ਕਰ ਰਹੇ ਆ ਤਾਂ ਤੁਸੀਂ ਹੱਸ ਕੇ ਕਰ ਰਹੇ ਹੋ ਫੇਰ ਜਦੋਂ ਸਾਰੇ ਜਣੇ ਸਿੱਧੇ ਹੁੰਦੇ ਆ ਨਾ ਵੀ ਕੌਣ ਹੈ ਤੂੰ ਫੇਰ ਪਤਾ ਲੱਗਦਾ ਵੀ ਅੱਛਾ ਉਹ ਤਾਂ ਮੈਂ ਤਾਂ ਨਕਲੀ ਜੀ ਦੁਨੀਆ ਚ ਰਹਿ ਰਹੇ ਸੀ ਅਸਲੀ ਦੁਨੀਆ ਤਾਂ ਹੈ ਪਰ ਉਹ ਵਧੀਆ ਹੈ ਉਹ ਅਸਲੀ ਦੁਨੀਆ ਜਿੰਨੀ ਸੇਤੀ ਬੰਦਾ ਆ ਜੇ ਉਨਾ ਹੀ ਬੈਟਰ ਇਸ ਸਟ੍ਰਾਈਸ ਇੰਡਸਟਰੀ ਬਾਰੇ ਕਿਹਾ ਜਾਂਦਾ ਕਿ ਬੇਕਿਰਕਾ ਤਾਂ ਉਹ ਚੀਜ਼ ਤੁਹਾਨੂੰ ਲੱਗਦੀ ਆ ਕਿ ਪਿਤਾ ਦੇ ਜਾਣ ਤੋਂ ਬਾਅਦ ਉਹ ਚੀਜ਼ ਦਿੱਖਦਾ ਸਾਰੇ ਪਾਸੇ ਵੀਰੇ ਸਾਰੇ ਪਾਸੇ ਜੇ ਮੈਂ ਇਸ ਘਰ ਚ ਵੀ ਨਾ ਹੁੰਦਾ ਕਿਤੇ ਹੋਰ ਵੀ ਹੁੰਦਾ ਕੋਈ ਸਾਡੇ ਬਿਜ਼ਨਸ ਵੀ ਹੁੰਦਾ ਕੁਝ ਵੀ ਕੰਮ ਕਰ ਹੁੰਦਾ ਭਾਵੇਂ ਅਸੀਂ ਦੁਕਾਨ ਹੀ ਖੋਲੀ ਹੁੰਦੀ ਕੱਪੜੇ ਦੀ ਜੋ ਵੀ ਸੀ ਪਰ ਆ ਚੀਜ਼ਾਂ ਤੇ ਰਿਐਲਿਟੀ ਤਾਂ ਉਦੋਂ ਜਦੋਂ ਤੁਹਾਡਾ ਪਿਓ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਵੀ ਦੁਨੀਆ ਅਸਲ ਚ ਇਹ ਆ ਤੇਰੇ ਪਿਓ ਕਰਕੇ ਇਦਾਂ ਬਿਹੇਵ ਕਰ ਰਹੀ ਸੀ ਸੋ ਉਦਾਂ ਹੀ ਹੁਣ ਮੈਨੂੰ ਮਹਿਸੂਸ ਹੁੰਦਾ ਹੈ ਉਹ ਇੰਨਾ ਲੰਬਾ ਪੀਰੀਅਡ 19 ਸਾਲ ਦਾ ਮਮਾ ਨੇ ਕੱਢਿਆ ਜਿਵੇਂ ਸਪੋਜ਼ ਕਰੋ ਮੈਂ ਅਸੀਂ ਉਹ ਚੀਜ਼ਾਂ ਦੇਖੀਆਂ ਹੁਣ ਹੁਣ ਸਾਨੂੰ ਪਤਾ ਹੈ ਉਹ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਜੇ ਆਹ ਚੀਜ਼ਾਂ ਨਾ ਹੁੰਦੀਆਂ ਸੋ ਸ਼ਾਇਦ ਉਹ ਅਹਿਸਾਸ ਕਰਾਉਣ ਲਈ ਜਾਂ ਜੋ ਵੀ ਜਿੱਦਾਂ ਵੀ ਮੇਰੀ ਕਿਸਮ ਵਿੱਚ ਲਿਖਿਆ ਹੋਇਆ ਹੁਣ ਮੈਂ ਹੁਣ ਮੈਨੂੰ ਪਤਾ ਮੈਂ ਕਿੰਨਾ ਕਿਸੇ ਤੇ ਫੇਥ ਕਰਨਾ ਹੈ ਜਾਂ ਮੈਂ ਕਿੱਦਾਂ ਚੱਲਣਾ ਹੈ ਹਨਾ ਵੀ ਆਹ ਸਾਰਾ ਕੁਝ ਨਕਲੀ ਹੈ ਵੀ ਹਨਾ ਵੀ ਕਾਹ ਚੀਜ਼ਾਂ ਅਸਲੀ ਨਹੀਂ ਹੈ ਇਹ ਨਕਲੀ ਹੈ ਬਾਕੀ ਅਸਲੀ ਤਾਂ ਕਰਦੇ ਆ ਰੱਬ ਪਰਮਾਤਮਾ ਮਤਲਬ ਪਰਮਾਤਮਾ ਹੈ ਇਸ ਲਈ ਸੋ ਚੀਜ਼ਾਂ ਦਾ احساس ਉਹਨੂੰ ਟਾਈਮ ਤਾਂ ਲੱਗਦਾ ਉਹ ਟਾਈਮ ਜਦੋਂ ਆ ਜਾਂਦਾ احساس ਫੇਰ ਤੁਸੀਂ ਨਹੀਂ ਫੇਰ ਤੁਸੀਂ ਸਹੀ ਹੋ ਜਾਂਦੇ ਫਿਰ ਤੁਹਾਨੂੰ ਪਤਾ ਵੀ ਕੋਈ ਚੱਕਰ ਨਹੀਂ ਹੈ ਕੋਈ ਕਿਸੇ ਦਾ ਨਹੀਂ ਹੈ ਅੱਛਾ ਜਿਸ ਤਰ੍ਹਾਂ ਤੁਹਾਡੇ ਦਾਦਾ ਜੀ ਹਨਾ ਪਹਿਲਵਾਨ ਸੀਗੇ ਤੇ ਬਿੰਦਰੀਖਿਆ ਸਾਹਿਬ ਨੂੰ ਵੀ ਉਹ ਚਾਹੁੰਦੇ ਸੀ ਕਿ ਰੈਸਲਰ ਬਣਨ ਉਹ ਹੈਨਾ ਪਹਿਲਵਾਨੀ ਕਰਨ ਪਰ ਉਹ ਕਹਿੰਦੇ ਸੀ ਮੈਂ ਸਿੰਗਰ ਬਣਨਾ ਤੇ ਤੁਹਾਡਾ ਮਤਲਬ ਪਹਿਲਾਂ ਤੋਂ ਕੀ ਸੀਗਾ ਤੁਸੀਂ ਕੀ ਬਣਨ ਦੀ ਸੋਚਿਆ ਸੀ ਤੇ じゃあ ਤਾਂ ਫਿਰ ਤੁਹਾਡੇ ਦਾਦਾ ਜੀ ਨੇ ਜਿਵੇਂ ਤੁਹਾਡੇ ਪਾਪਾ ਨੂੰ ਕਿਹਾ ਸੀ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਤੂੰ ਸਿੰਗਰ ਹੀ ਬਣਾਈ ਜਾਂ ਤੁਹਾਡਾ ਕੁਝ ਹੋਰ ਇਰਾਦਾ ਸੀ ਐ ਸੀਗਾ ਨਹੀਂ ਨਹੀਂ ਕਿਸੇ ਦਾ ਕੋਈ ਇਰਾਦਾ ਨਹੀਂ ਸਾਡੇ ਦਾ ਸਾਡੇ ਸਾਡੇ ਦਾਦੇ ਦਾ ਇਰਾਦਾ ਸੀ ਵੀ ਪਾਪਾ ਨੂੰ ਕਾਲ ਕਰਾਉਂਗੇ ਹਨਾ ਵੀ ਉਧਰ ਪਹਿਲਵਾਨੀ ਕਰਾਵਾਂਗੇ ਤੇ ਉਹ ਪਾਪਾ ਨੇ ਕਰਿਆ ਬਹੁਤ ਧਿਰ ਪਹਿਲਵਾਨੀ ਪਾਪਾ ਨੇ ਗੁੱਸੇ ਜਾ ਕੇ ਇੱਕ ਵਾਰ ਆਪਣਾ ਮਤਲਬ ਪਹਿਲਾਂ ਸਰਦਾਰ ਸੀਗੇ ਵੀ ਕਿਸੇ ਨੇ ਬਾਲ ਫੜਲੇ ਸੀ ਪਹਿਲਵਾਨੀ ਚ ਫੜ ਲ ਹੋ ਜਾਂਦਾ ਤਾਂ ਉਹਨੇ ਜਾ ਕੇ ਗੁੱਸੇ ਜੂੜਾ ਘਟਾ ਤੇ ਮੈਂ ਤਾਂ ਜੇ ਮੈਨੂੰ ਹੁਣ ਦੁਬਾਰਾ ਨਹੀਂ ਪੜਨਦਾ ਜਿਹਦਾ ਜੂੜੇ ਤੋਂ ਕਿਸੇ ਨੂੰ ਹਨਾ ਤੇ ਉਹ ਚੀਜ਼ਾਂ ਪਾਪਾ ਦੇ ਪਾਪਾ ਦੇ ਅੰਦਰ ਸੀਗੀਆਂ ਨਾ ਸੋ ਜੇ ਉਹਨੇ ਪਹਿਲਵਾਨੀ ਕਰਨੀ ਹੁੰਦੀ ਸ਼ਾਇਦ ਪਹਿਲਵਾਨੀ ਕਰਦੇ ਪਰ ਉਹਨੇ ਬਹੁਤ ਥੋੜੀ ਦਿਰ ਪਹਿਲਵਾਨੀ ਕੀਤੀ ਹੈ ਨਾ ਉਸ ਤੋਂ ਬਾਅਦ ਉਹਨੇ ਮਤਲਬ ਐਜ਼ ਅ ਸਿੰਗਰ ਆ ਕੇ ਸੋ ਮੇਰੇ ਵੀ ਇਰਾਦੇ ਤਾਂ ਇੱਕ ਬੱਚੇ ਦੇ ਇੰਨੇ ਨਹੀਂ ਹੁੰਦੇ ਸਟਰੋਂਗ ਮਤਲਬ ਜਦੋਂ ਔਰ ਸਪੈਸ਼ਲੀ ਜਦੋਂ ਇਹ ਜਿ ਸਖਸੀਅਤ ਜ਼ਿੰਦਗੀ ਚੋਬੇ ਜਿਹੜੀ ਚੱਲੇ ਜਾਂਦੀ ਹੈ ਫੇਰ ਤੁਸੀਂ ਫੇਰ ਤੁਸੀਂ ਫੇਰ ਤੁਹਾਡਾ ਆਪਣਾ ਦਿਮਾਗ ਚੱਲਦਾ ਵੀ ਅੱਛਾ ਅੱਛਾ ਵੀ ਆਹ ਦੁਨੀਆਦਾਰੀ ਤੇ ਇਦਾਂ ਚੱਲਣਾ ਭਰਾਵਾ ਉਰੇ ਤਾਂ ਇਦਾਂ ਤੁਸੀਂ ਫੇਰ ਤੁਸੀਂ ਐਕਸਪੋਜ਼ ਹੁੰਦੇ ਹੋ ਫੇਰ ਤੁਹਾਨੂੰ ਪਤਾ ਲੱਗਦਾ ਅੱਛਾ ਹੁਣ ਸਹੀ ਹੁਣ ਦੱਸੋ ਅੱਛਾ ਇਦਾਂ ਛੋਟੇ ਹੁੰਦੇ ਤਾਂ ਮੈਨੂੰ ਕੋਈ ਸਕੂਲ ਚ ਲੈ ਜਾਂਦਾ ਮੈਂ ਕਹਿੰਦਾ ਮੈਂ ਪਾਇਲਟ ਬੰਨਾ ਫੇਰ ਕਹਿੰਦਾ ਮੈਂ ਡਾਕਟਰ ਬੰਨਾ ਉਹ ਤਾਂ ਇਹ ਜਿਹੇ ਰਾਦੇ ਹੁੰਦੇ ਤੀਜੇ ਦਿਨ ਬਦਲਣ ਨਾਲੇ ਪਰ ਆਹ ਜਿਹੜਾ ਸ਼ੌਂਕ ਵਾਲਾ ਤੇ ਉਹ ਉਹ ਹੌਲੀ ਹੌਲੀ ਮੈਨੂੰ ਆਪਨੇ ਆਪ ਆਇਆ ਪਰ ਉਸ ਚੀਜ਼ ਨੂੰ ਅਸ ਹਕੀਕ ਮਤਲਬ ਹਕੀਕਤ ਰੂਪ ਚ ਜਾਂ ਅਸਲੀ ਚ ਪ੍ਰੂਫ ਕਰਨ ਨੂੰ ਬਹੁਤ ਟਾਈਮ ਲੱਗਿਆ ਅ ਐਸ ਅ ਸਿੰਗਰ ਵੀ ਐਸ ਅ ਐਕਟਰ ਵੀ ਕਿਉਂਕਿ ਸੇਮ ਲਾਈਨ ਆ ਆਰਟਿਸਟ ਵਾਲੀ ਲਾਈਨ ਆ ਟੈਲੈਂਟ ਵਾਲੀ ਲਾਈਨ ਆ ਆਪਣੇ ਆਪ ਨੂੰ ਪ੍ਰੂਫ ਕਰਨ ਲਈ ਬਹੁਤ ਟਾਈਮ ਲੱਗ ਜਾਂਦਾ ਤੁਹਾਨੂੰ ਜੇ ਤੁਸੀਂ ਕਿਸੇ ਤੋਂ ਫੇਵਰ ਨਹੀਂ ਲੈਂਦੇ ਯਾ ਨਕਲੀ ਨਹੀਂ ਬਣਦੇ ਵੀ ਵੀਰੇ ਵੀ ਜੇ ਮੈਨੂੰ ਤੁਹਾਡੇ ਤੋਂ ਮਤਲਬ ਮੈਂ ਤੁਹਾਨੂੰ ਹੱਸ ਕੇ ਗੱਲ ਕਰਾਂ ਮੈਂ ਇਦਾਂ ਦਾ ਰਿਹਾ ਨਹੀਂ ਐ ਸ਼ਾਇਦ ਇਸੇ ਕਰਕੇ ਮੈਨੂੰ ਜੱਗੀ ਨੇ ਵੀ ਕਹਿੰਦਾ ਵੀ ਨਹੀਂ ਤੂੰ ਥੋੜਾ ਜਿਹਾ ਬਦਲ ਪਰ ਮੈਤੋਂ ਨਹੀਂ ਬਦਲ ਹੁੰਦਾ ਮੈਂ ਕਿਤਾਜ ਹੀ ਰਹੂੰਗਾ ਜਿੱਦਾਂ ਦਾ ਵੀ ਹਾਂ ਭਾਵੇਂ ਹਨਾ ਰਹਿੰਦੀ ਦੁਨੀਆ ਤੋਂ ਕੋਦਾਂ ਹੀ ਰਹੂੰਗਾ ਸੋ ਠੀਕ ਐ ਮੈਂ ਆਪਣੇ ਆਪਨਾ ਖੁਸ਼ ਤੇ ਮੈਂ ਆਪਣੇ ਰੱਬ ਨਾਲ ਖੁਸ਼ ਹਾਂ ਤੇ ਮੈਨੂੰ ਮੈਂ ਇਹਨੂੰ ਦਿਖ ਰਿਹਾ ਮੈਨੂੰ ਹੋਰ ਕੋਈ ਲੈਣਾ ਦੇਣਾ ਨਹੀਂ ਹੁਣ ਕਿਸੇ ਹੋਰ ਚੀਜ਼ ਤੋਂ ਤੁਹਾਡੇ ਇੱਕ ਗਾਣੇ ਦੇ ਵਿੱਚ ਵੀ ਜ਼ਿਕਰ ਹੁੰਦਾ ਕਿ ਉਹਨਾਂ ਦੇ ਸਮੇਂ ਮਤਲਬ ਜਿਹੜੇ ਅਖਾੜੇ ਹੁੰਦੇ ਸੀ ਰਿਕਾਰਡ ਤੋੜੇ ਉਹਨਾਂ ਰਿਕਾਰਡ ਤੋੜ ਅਖਾੜੇ ਲਈ ਤੇ ਮੇਰੇ ਖਿਆਲ ਹੇਕ ਉਹਨਾਂ ਦੀ 32 ਸੈਕਿੰਡ ਦੀ 32 ਸੈਕਿੰਡ ਦੀ ਹੇਕ ਸੀ ਉਹਨਾਂ ਦੀ ਤੁਹਾਨੂੰ ਹੇਕਾਂ ਲਾਉਣਾ ਪਸੰਦ ਆ ਉਹਨਾਂ ਵਾਂਗੂ ਨਹੀਂ ਮੈਨੂੰ ਉਦਾਂ ਨਹੀਂ ਪਸੰਦ ਮੈਨੂੰ ਪਸੰਦ ਨਾ ਪਸੰਦੀ ਦੀ ਗੱਲ ਨਹੀਂ ਹੈ ਕਿਉਂਕਿ ਉਹ ਫਾਦਰ ਸਾਹਿਬ ਦੀ ਉਹ ਇੱਕ ਹਾਂ ਫਾਦਰ ਸਾਹਿਬ ਦਾ ਲਾਲੋ ਵੀ ਉਸ ਚੀਜ਼ ਤੋਂ ਪਛਾਣੇ ਜਾਂਦੇ ਸੀ ਜਿਵੇਂ ਦੇ ਰੱਖੀ ਇਹਦੇ ਅਖਾੜੇ ਹੋਣਗੇ ਤਾਂ ਉੱਥੇ ਮਤਲਬ ਇੰਨੀ देर ਬੰਦਾ ਹੇਕ ਲਾਂਦਾ ਵੀ ਫਿਰ ਉਹ ਨੋਟ ਵਰਦੇ ਸਾਰੇ ਜਾਣੇ ਹਨ ਉਹ ਮਾਹੌਲ ਹੁੰਦਾ ਸੀ ਸੋ ਗਾਇਕੀ ਚ ਤਾਂ ਅਸੀਂ ਅਸੀਂ ਹਮੇ ਪਹਿਲਾਂ ਐਕਸੈਪਟ ਕਰ ਗਈ ਤੁਰਿਆ ਪਰ ਉਹ ਚੀਜ਼ਾਂ ਦਾ ਕਦੇ ਇਦਾਂ ਟਰਾਈ ਵੀ ਨਹੀਂ ਕੀਤਾ ਵੀ ਹਨਾ ਵੀ ਆਪਾਂ ਕਿੰਨੀ ਦੇਰ ਦੀ ਲਾ ਲੈਂਦੇ ਆ ਓਬਵੀਅਸਲੀ ਹੈ ਪਰ ਉਹਨੂੰ ਲਾਣ ਤੋਂ ਬਾਅਦ ਵੀ ਉਹ ਸੈਟੀਸਫੈਕਸ਼ਨ ਨਹੀਂ ਮਤਲਬ ਉਹਨੂੰ ਉਹ ਚੀਜ਼ ਨੂੰ ਮੈਂ ਮੰਨਦਾ ਉਹ ਮੇਰੇ ਪਾਪਾ ਦੀ ਹੈ ਹਨਾ ਪਰ ਉਹਨਾਂ ਜੋ ਮੈਂ ਕੁਝ ਇਹ ਨਹੀਂ ਮਤਲਬ ਉਹ ਤੁਸੀਂ ਬੈਟਰ ਦੱਸ ਸਕਦੇ ਆ ਮੈਂ ਨਹੀਂ ਦੱਸ ਸਕਦਾ ਮੈਂ ਮੈਂ ਉਹਨਾਂ ਦਾ ਬੇਟਾ ਹਾਂ ਮੈਂ ਇਹ ਨਹੀਂ ਦੱਸ ਸਕਦਾ ਮੈਂ ਕੀ ਕਰ ਰਿਹਾ ਜੋ ਥੋੜਾ ਜਿਹਾ ਉਹਨਾਂ ਨਾਲ ਮਿਲਦਾ ਹੈ ਜਾਂ ਕਿਵੇਂ ਆ ਕਿਵੇਂ ਨਹੀਂ ਬਾਕੀ ਜੋ ਪਾਪਾ ਨੇ ਕੀਤਾ ਉਹਦੇ ਤਾਂ ਗੱਲਾਂ ਉਹਦੇ ਨੇੜੇ ਤੇੜੇ ਤਾਂ ਗੱਲਾਂ ਕਰਨੀਆਂ ਵੀ ਬਕਾਰ ਉਮਰ ਭਾਵੇਂ ਛੋਟੀ ਸੀ ਪਰ ਬਹੁਤ ਸਾਰੀਆਂ ਗੱਲਾਂ ਚਾਹੇ ਬਹੁਤ ਉੱਚਾ ਛੋਟੀ ਉਮਰ ਹੋਵੇ ਜਦੋਂ ਕੋਈ ਮਾਂ-ਬਾਪ ਦੇ ਕਈ ਵਾਰੀ ਤਾਂ ਕੋਈ ਸਿੱਖਿਆ ਦੀ ਗੱਲ ਹੁੰਦੀ ਹੈ ਕਈ ਵਾਰ ਛਿੜਕਦੇ ਨੇ ਹੈਨਾ ਬੱਚੇ ਦਿਲ ਚ ਕੋਈ ਗੱਲ ਟੰਬ ਜਾਂਦੀ ਆ ਬੈਠ ਜਾਂਦੀ ਆ ਕਿਹੜੀ ਹੀ ਜੀ ਗੱਲ ਆ ਬਿੰਦਰ ਸਿੰਘ ਸਾਬ ਦੀ ਜਿਹੜੀ ਅੱਜ ਤੱਕ ਯਾਦ ਉਹਨਾਂ ਨੇ ਕਹੀ ਹੋਵੇ ਜਾਂ ਜਿਹੜੀ ਵਾਰੀ ਵਾਰੀ ਯਾਦ ਆਉਂਦੀ ਛੋਟੇ ਹੁੰਦੇ ਯਾਦ ਆ ਮੈਨੂੰ ਤਾਂ ਮਤਲਬ ਪਾਪਾ ਨੇ ਇਦਾਂ ਕਦੇ ਜਿਵੇਂ ਉਹ ਵੀ ਨਹੀਂ ਹੈਨਾ ਜਾਂ ਮੈਂ ਪੜਦਾ ਨਹੀਂ ਸੀ ਆ ਉਦੋਂ ਦੀ ਮਾੜੀ-ਮੋਟੀ ਕਦੇ ਹੀ ਵਾਰ ਕੁਟਖਾਦੀ ਹੋਈ ਯਾਦ ਆ ਤੇ ਮਤਲਬ ਪਾਪਾ ਨੇ ਕਦੇ ਮੈਨੂੰ ਜ਼ਿਆਦਾ ਕੁਝ ਕਿਹਾ ਨਹੀਂ ਇਹ ਹਮੇਸ਼ਾ ਇਹ ਕਿਹਾ ਵੀ ਇਹ ਇਹਨੂੰ ਮੈਂ ਐ ਕਰਾਣਾ ਇਹਨੂੰ ਮੈਂ ਕਦੇ ਟੂ-ਵੀਲਰ ਨਹੀਂ ਚਲਾਣ ਦੇਣਾ ਮਤਲਬ ਜਿਹੜੀਆਂ ਹੁੰਦੀਆਂ ਨਾ ਇੱਕ ਮਤਲਬ ਆਪਣੇ ਬੱਚੇ ਨੂੰ ਹਾਂ ਨਾ ਫਿਕਰ ਹੁੰਦੀ ਹੈ ਆਪਣੇ ਬਾਪ ਨੂੰ ਮਤਲਬ ਬੱਚੇ ਲਈ ਬਾਪ ਨੂੰ ਉਹ ਚੀਜ਼ਾਂ ਸਾਡਾ ਇੰਟਰੈਕਸ਼ਨ ਬਹੁਤ ਘੱਟ ਸੀ ਪਾਪਾ ਬਿਜ਼ੀ ਰਹਿੰਦੇ ਸੀ ਤਿੰਨ ਤਿੰਨ ਸ਼ੋਜ਼ ਕਦੇ ਬਾਹਰ ਗਏ ਹੋਏ ਅਸੀਂ ਨਾਲ ਨਹੀਂ ਜਾਂਦੇ ਸੀ ਯੂ ਐਸ ਕੈਨੇਡਾ ਦੇ ਹੋਰ ਯੂ ਕੇ ਦੇ ਸ਼ੋਜ਼ ਹਨ ਸੋ ਸਾਡਾ ਇੰਟਰੈਕਸ਼ਨ ਹੁੰਦਾ ਸੀ ਉਹਨਾਂ ਦੇ ਵਾਪਸ ਆਏ ਤੇ ਸੋ ਉਦੋਂ ਉਦੋਂ ਵੀ ਨਹੀਂ ਜ਼ਿਆਦਾ ਰਹਿੰਦਾ ਸੀ ਉਦੋਂ ਵੀ ਪਾਪਾ ਫੇਰ ਸ਼ੋ ਤੇ ਘਰੇ ਰਾਤ ਨੂੰ ਆਣਾ ਲੇਟ ਬਸ ਵੇਟ ਕਰੀ ਜਾਣੀ ਬੱਚਿਆਂ ਨੇ ਵੀ ਕਦੋਂ ਆਉਂਗੇ ਕਦੋਂ ਆਉਗੇ ਸਾਡੇ ਲਈ ਆ ਲੈ ਆਓ ਉਹ ਲੈਓ ਸੋ ਉਦਾਂ ਦੀ ਇੰਟਰੈਕਸ਼ਨ ਸੀਗੀਆਂ ਜੇ ਸ਼ਾਇਦ ਥੋੜੇ ਜਿਹਾ ਉਮਰ ਹੋਰ ਮਿਲ ਜਾਂਦੀ ਫੇਰ ਹੋਰ ਗੱਲਾਂ ਹੋ ਜਾਂਦੀਆਂ ਕਿਉਂਕਿ ਤੁਸੀਂ ਇੱਕ 11-12 ਸਾਲ ਦੇ ਬੱਚੇ ਨਾਲ ਇਦਾਂ ਦੀ ਕਿੰਨੀ ਗੱਲਾਂ ਕਰਦੇ ਹੋ ਵੀ ਤੂੰ ਕੀ ਬਣੇਗਾ ਬड़ा ਹੋ ਕੇ ਕੁਛ ਨਾ ਉਹ ਤਾਂ ਇਹ ਹੁੰਦਾ ਵੀ ਹੁਣ ਸਭ ਤੋਂ ਵਧੀਆ ਸਕੂਲ ਚ ਪੜਾਣਾ ਹੈ ਹੁਣ ਸਭ ਤੋਂ ਵਧੀਆ ਚੀਜ਼ ਲੈ ਕੇ ਦੇਣੀ ਆ ਉਹ ਚੀਜ਼ਾਂ ਦਾ ਤਾਂ ਉਹਨੂੰ ਹਮੇਸ਼ਾ ਸੀਗਾ ਹੁਣ ਚਲੋ ਸੁਭਾਵਿਕ ਹੈ ਨਾ ਕਮੀ ਤਾਂ ਰਹਿੰਦੀ ਹੈ ਹਮੇਸ਼ਾ ਰਹਿੰਦੀ ਹੈ ਤੇ ਹਾਂ ਕੋਈ ਐਸੀ ਗੱਲ ਜਿਹਨ ਚ ਹੈਗੀ ਵੀ ਯਾਰ ਜੇ ਮੈਨੂੰ ਮੌਕਾ ਮਿਲਦਾ ਹਨਾ ਅੱਜ ਦੀ ਸਮਝ ਮੁਤਾਬਿਕ ਮੈਂ ਆ ਗੱਲ ਉਹਨਾਂ ਨੂੰ ਜ਼ਰੂਰ ਕਹਿਣੀ ਸੀ ਮੈਨੂੰ ਐ ਲੱਗਦਾ ਹੀ ਨਹੀਂ ਹੁੰਦਾ ਵੀ ਉਹ ਮੈਨੂੰ ਐ ਲੱਗਦਾ ਸਰੀਰਕ ਰੂਪ ਤੇ ਗਏ ਆ ਤੇ ਮਤਲਬ ਮੈਨੂੰ ਐ ਲੱਗਦਾ ਹੁੰਦਾ ਵੀ ਮਤਲਬ ਰੂਹ ਉਹਨਾਂ ਦੀ ਹੈਗੀ ਐ ਵਿੱਚ ਤੇ ਉਹ ਮੈਨੂੰ ਐ ਨਹੀਂ ਲੱਗਦਾ ਵੀ ਕਦੇ ਵੀ ਵੀ ਮੈਂ ਉਹਨੂੰ ਸਪੈਸ਼ਲੀ ਕੋਈ ਗੱਲ ਕਹੂੰਗਾ ਤਾਂ ਉਹਨੂੰ ਸੁਣੂਗੀ ਮੈਨੂੰ ਐ ਲੱਗਦਾ ਹੁੰਦਾ ਉਹ ਆਲੇ ਦੁਆਲੇ ਹੀ ਐ ਮਤਲਬ ਜੇ ਉਹ ਨਾ ਹੁੰਦੇ ਆਲੇ ਦੁਆਲੇ ਤਾਂ ਮੈਂ ਵੀ ਇੱਥੇ ਬੈਠਾ ਇੰਟਰਵਿਊ ਨਾਲ ਦੇ ਰਿਹਾ ਹੁੰਦਾ ਇਸ ਟਾਈਮ ਤੇ ਆ ਫਿਲਮ ਦੀ ਜਿਹੜੀ ਕਿ ਮੇਰੇ ਸੁਪਨੇ 'ਚ ਵੀ ਨਹੀਂ ਸੀ ਵੀ ਮੈਂ ਕਦੇ ਇਸ ਸਟਾਰ ਕਾਸਟ ਨਾਲ ਇਸ ਲੈਵਲ ਦੀ ਮੈਨੂੰ ਕਿਸੇ ਨੇ ਹੁਣ ਕਿਹਾ ਪਿੱਛੇ ਜੇ ਕਹਿੰਦਾ ਵੀ ਵੀਰੇ ਆ ਮੈਂ ਨੋਰਮਲ ਗੱਲ ਕਰਦੇ ਸੀ ਵੀ ਇਹ ਡ੍ਰੀਮ ਪ੍ਰੋਜੈਕਟ ਹੁੰਦਾ ਉਹ ਮੈਨੂੰ ਉਹਦੇ ਕਹਿਣ ਤੋਂ ਬਾਅਦ ਇੰਨਾ ਜ਼ਿਆਦਾ ਲੱਗਣ ਲੱਗ ਗਿਆ ਮੈਂ ਕਿ ਵਾਕਈ ਇਹ ਡ੍ਰੀਮ ਪ੍ਰੋਜੈਕਟ ਹੁੰਦੇ ਆ ਤੁਸੀਂ ਜਦੋਂ ਤੁਸੀਂ ਆਪਣੇ ਲਾਈਫ 'ਚ ਕੁਝ ਨਹੀਂ ਹੁੰਦੇ ਤੇ ਤੁਸੀਂ ਇੱਕ ਉਹਦਾ ਮਿਹਜਾ ਪ੍ਰੋਜੈਕਟ ਕਰ ਦੋ ਉਦੋਂ ਤੱਕ ਤਾਂ ਠੀਕ ਹੈ ਪਰ ਜਦੋਂ ਟ੍ਰੇਲਰ ਆ ਜੇ ਸਾਰੇ ਜਾਣੇ ਤੁਸੀਂ ਪ੍ਰੂਵ ਹੋ ਜੋ ਵੀ ਯਾਰ ਤੂੰ ਵਧੀਆ ਕਰ ਗਿਆ ਵਧੀਆ ਕਰ ਗਿਆ ਹਣਾ ਸਾਰੇ ਜਾਣੇ ਇੰਡਸਟਰੀ 'ਚੋਂ ਕੀ ਬਾਹਰੋਂ ਕੀ ਸਾਰੇ ਜਾਣੇ ਫਿਰ ਤੁਹਾਨੂੰ ਜੈਨੂਇਨਲੀ ਪਤਾ ਲੱਗ ਜਾਂਦਾ ਵੀ ਹਣਾ ਨਕਲੀ ਪੰਪ ਨਹੀਂ ਦੇ ਰਹ بس ਜੋ ਸੋਚਿਆ ਸੀ ਕਰ ਲਿਆ ਫੇਰ ਆਪਣੇ ਆਪ ਨੂੰ ਸੈਟੀਸਫੈਕਸ਼ਨ ਹੋ ਗਿਆ ਫੇਰ ਜੋ ਮਤਲਬ ਮੈਂ ਲਾਦਾ ਹਾਂ ਪ੍ਰਮਾਤਮਾ ਮਤਲਬ ਜੇ ਪ੍ਰਮਾਤਮਾ ਨਾਲ ਮਤਲਬ ਇੰਨਾ ਸਟਰੋਂਗ ਬੌਂਡ ਹੈਗਾ ਸੋ ਮੈਂ ਫੇਰ ਟੈਨਸ਼ਨ ਫਰੀ ਜਾਈਆ ਮੈਂ ਤਾਂ ਮੈਨੂੰ ਨਾ ਅਗਲੀ ਫਿਲਮ ਦੀ ਪਰਵਾਹ ਹੈ ਵੀ ਅੱਗੇ ਮੈਂ ਕੀ ਕਰਨਾ ਨਾ ਮੈਨੂੰ ਇਹ ਪਰਵਾਹ ਹੈ ਹੁਣ ਵੀ ਕੁਝ ਪਤਾ ਨਹੀਂ ਜ਼ਿੰਦਗੀ 'ਚ ਹੋਣਾ ਹੈ ਕਿ ਨਹੀਂ ਹੋਣਾ ਨਿਰਾਸ਼ਾ ਨਹੀਂ ਹੋਊਗੀ ਮੈਨੂੰ ਮਾਣਾ ਵੀ ਜਿੰਨੀ ਦੇਰ ਵੀ ਇੰਡਸਟਰੀ 'ਚ ਰਹੂੰਗਾ ਵਧੀਆ ਹੀ ਰਹੂੰਗਾ ਜੇ ਕਿਉਂਕਿ ਮੈਂ ਸੱਚੇ ਦਿਲੋਂ ਜੀ ਰਿਹਾ ਹਾਂ ਪ੍ਰਮਾਤਮਾ ਨਾਲ ਜਾਂ ਹੋਰਾਂ ਨਾਲ ਭਾਵੇਂ ਮੈਂ ਨਕਲੀ ਨਹੀਂ ਬਣ ਕੇ ਰਿਹਾ ਕੰਮ ਲਈ ਮੈਂ ਕੁਝ ਕਿਸੇ ਨਾਲ ਕੋਈ ਉਹ ਨਹੀਂ ਸੋਚਿਆ ਵੀ ਯਾਰ ਮੇਰਾ ਫਾਇਦਾ ਹੋ ਜੇ ਆ ਹੋ ਜੇ ਆਪਾਂ ਇਦਾਂ ਹੀ ਰਹੇ ਆ ਇਦਾਂ ਹੀ ਇਸ ਲੈਵਲ ਤੇ ਆ ਗਏ ਆ ਹੁਣ ਹੋਰ ਸਟਰੋਂਗ ਹੋ ਗਏ ਆ ਕੰਫੀਡੈਂਟ ਹੋ ਗਏ ਆ ਵੀ ਯਾਰ ਇਦਾਂ ਹੀ ਰਹੂੰਗਾ ਮਤਲਬ ਗਿਤਾਜ ਹੀ ਰਹੂੰਗਾ ਜੇ ਤੁਸੀਂ ਚਾਹੁੰਦੇ ਵੀ ਗਿਤਾਜ ਹੋਰ ਆਰਟਿਸਟਾਂ ਵਰਗਾ ਬਣ ਜੂਗਾ ਉਹ ਕਦੇ ਨਹੀਂ ਹੋਗਾ ਤੇ ਉਹ ਮੇਰੇ ਮੇਰੇ ਜ਼ਮੀਰ ਹੀ ਨਹੀਂ allow ਕਰਦਾ